ਪੰਜਾਬ ਸਰਕਾਰ ਦੇ ਮੁਲਾਜ਼ਮ ਸੂਬਾ ਪ੍ਰਧਾਨ ਦੀ ਰੀੜ ਦੀ ਹੱਡੀ ਹਨ ਪਰ ਲਗਾਤਾਰ ਵੱਧ ਰਹੀ ਮਹਿੰਗਾਈ ਦੇ ਚਲਦਿਆਂ ਇਹਨਾਂ ਮੁਲਾਜ਼ਮਾਂ ਨੂੰ ਵੱਡੀ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਜਿਸ ਕਾਰਨ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜ਼ਮ ਪਰੇਸ਼ਾਨ ਸਨ ਅਜਿਹੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਹਨਾਂ ਮੁਲਾਜ਼ਮਾਂ ਦੀ ਪਰੇਸ਼ਾਨੀ ਨੂੰ ਸਮਝਦਿਆਂ ਹੋਇਆ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ ਵਿੱਚ 11% ਵਾਧਾ ਕਰਨ ਦਾ ਐਲਾਨ ਕੀਤਾ ਹੈ 440 ਕਰੋੜ ਰੁਪਏ ਹਰ ਮਹੀਨੇ ਐਸੀ ਕਰਮਚਾਰੀਆਂ ਨੂੰ ਜ਼ਿਆਦਾ ਦੇਣ ਜਾ ਰਹੇ ਹੈ ਡੀਏ ਦੇ ਰੂਪ ਦੇ ਵਿੱਚ ਉਹਨਾਂ ਦਾ ਐਸੀ 11% ਡੀਏ ਦੇ ਵਿੱਚ ਵਾਧਾ ਕਰ ਦਿੱਤਾ ਅੱਜ ਤੋਂ ਐਸੀ ਇਹਨੂੰ ਲਾਗੂ ਕਰ ਰਹੇ ਹਾਂ ਇਹਦੇ ਵਿੱਚ 440 ਕਰੋੜ ਰੁਪਇਆ ਪਰ ਮੰਥ ਸਰਕਾਰ ਨੂੰ ਐਕਸਟਰਾ ਦੇਣਾ ਪਏ ਕਰੇਗਾ ਇਹਦੇ ਵਾਸਤੇ ਸਾਰੇ ਕਰਮਚਾਰੀਆਂ ਨੂੰ ਬਹੁਤ ਬਹੁਤ ਵਧਾਈ ਮੁਲਾਜ਼ਮਾਂ ਦਾ ਇਹ ਪੱਤਾ 17% ਸੀ ਜੋ ਕਿ ਇਸ ਸਾਲ 1 ਜੁਲਾਈ ਤੋਂ ਵਧਾ ਕੇ 28% ਕਰ ਦਿੱਤਾ ਗਿਆ ਹੈ ਮਹਿੰਗਾਈ ਬਹੁਤ ਜ਼ਿਆਦਾ ਸੀ ਅਤੇ ਮੁਲਾਜ਼ਮਾਂ ਦਾ ਜਿਹੜਾ ਸੀ ਔਖਾ ਸੀ ਅਤੇ ਫੀਸਾਂ ਜਿਹੜੀਆਂ ਜ਼ਿਆਦੀਆਂ ਸੀਗੀਆਂ ਬੱਚਿਆਂ ਬੱਚਿਆਂ ਦੀਆਂ ਵੀ ਰਾਸ਼ਨ ਮਹਿੰਗਾ ਮਿਲਦਾ ਸੀ ਥੋੜ੍ਹਾ ਇਹਨਾਂ ਰਾਹਤ ਮਿਲੂਗੀ ਗੌਰਮੈਂਟ ਨੇ ਜੋ ਵੀ ਕੀਤਾ ਗੌਰਮੈਂਟ ਦਾ ਧੰਨਵਾਦ ਕਰਦੇ ਹਾਂ ਸਰਕਾਰ ਨੇ 11% ਸਾਨੂੰ ਡੀਏ ਲਾਂਚ ਕੀਤਾ ਇਸ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਹਾਂ ਇਸ ਦੇ ਨਾਲ ਹੀ ਇੱਕ ਹੋਰ ਅਹਿਮ ਫੈਸਲੇ ਵਿੱਚ 1 ਜਨਵਰੀ 2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਵੀ ਬਾਕੀ ਮੁਲਾਜ਼ਮਾਂ ਵਾਂਗ ਸੋਧੀ ਹੋਈ ਤਨਖਾਹ ਵਿੱਚ ਘੱਟੋ ਘੱਟ 15% ਵਾਧੇ ਦਾ ਲਾਭ ਮਿਲੇਗਾ ਲੁਧਿਆਣਾ ਕੋਰਟ ਕੰਪਲੈਕਸ ਬਲਾਸਟ ਹੋਣ ਤੋਂ ਬਾਅਦ ਜਲੰਧਰ ਪੁਲਿਸ ਤੁਸੀਂ ਦੇਖ ਰਹੇ ਹੋ ਕਿਹੜੀ ਸਿਆਸਤ ਕਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜਲੰਧਰ ਦੇ ਭਗਵਾਨ ਵਾਲਮੀਕੀ ਚੌਂਕ ਤੋਂ ਹੁੰਦੇ ਹੋਏ ਕਿਹੜੇ ਅਲੱਗ ਅਲੱਗ ਭੀੜ ਭਾੜ ਬਾਜ਼ਾਰਾਂ ਦੇ ਵਿੱਚ ਕਿਹੜੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜੋ ਬੋਰੇ ਮਿਲੇ ਜਾ ਰਹੇ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ ਪੁਲਿਸ ਵੱਲੋਂ ਲਗਾਤਾਰ ਜੋ ਪੰਜਾਬ ਦੇ ਵਿੱਚ ਹਾਈਲਾਈਟ ਤਾਂ ਜ਼ਰੂਰ ਸੀ ਜੋ ਪਿਛਲੇ ਕੁਛ ਮਿੰਟ ਪਹਿਲੇ ਲੁਧਿਆਣੇ ਦੇ ਕੋਰਟ ਕੰਪਲੈਕਸ ਦੇ ਵਿੱਚ ਬਲਾਸਟ ਹੋਣ ਤੋਂ ਬਾਅਦ ਇਹ ਜੋ ਜਲੰਧਰ ਪੁਲਿਸ ਆਈ ਆਪਾਂ ਗੱਲਬਾਤ ਕਰਦੇ ਹਾਂ ਜੋ ਤੁਸੀਂ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਲੁਧਿਆਣੇ ਬਲਾਸਟ ਤੋਂ ਬਾਅਦ ਅੱਜ ਜਲੰਧਰ ਪੁਲਿਸ ਵੱਲੋਂ ਦੀ ਇਹ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਨਹੀਂ ਰੂਟੀਨ ਦੀ ਚੈਕਿੰਗ ਹੈ ਡੇਲੀ ਚੈੱਕ ਕਰ ਰਹੇ ਆਪਾਂ ਕਿਉਂਕਿ ਸਮੇਂ ਤੇ ਜਾਰੀ ਜਿਹੜੀਆਂ ਹਾਈ ਅਲਰਟਾਂ ਉਹਦੇ ਮੱਦੇਨਜ਼ਰ ਆਪਾਂ ਡੇਲੀ ਰੂਟੀਨ ਚੈਕਿੰਗ ਕਰਦੇ ਨੇ ਕੀ ਚੈਕਿੰਗ ਦੇ ਵਿੱਚ ਕੀਤਾ ਜਾ ਰਿਹਾ ਜੋ ਵੀ ਸਾਨੂੰ ਕੋਈ ਇੱਦਾਂ ਦੀ ਸ਼ੱਕੀ ਵਸਤੂ ਮਿਲਦੀ ਹੈ ਉਹਨੂੰ ਆਪਾਂ ਚੈੱਕ ਕਰ ਰਹੇ ਨੇ ਪੁੱਛ ਰਹੇ ਨੇ ਉਹਨੂੰ ਕਿ ਵੀ ਕਿਸ ਦਾ ਸਮਾਨ ਜਿਹੜਾ ਪਿਆ ਹੈ ਇੱਥੇ ਦੇਖਿਆ ਗਿਆ ਤੁਹਾਡੇ ਬੋਰੇ ਵੀ ਚੈੱਕ ਕੀਤੇ ਗਏ ਨੇ ਐਵੇਂ ਉਹਦੇ ਉਹੀ ਆਪਾਂ ਚੈੱਕ ਕਰ ਰਹੇ ਸੀਗੇ ਕਿ ਵੀ ਕੀ ਜਿਹੜਾ ਇਹ ਬੋਰੇ ਹੈ ਇਹਦੇ 'ਚ ਕਿਹਦਾ ਸਮਾਨ ਹੈ ਕੌਣ ਇਹਦਾ ਮਾਲਕ ਵਗੈਰਾ ਹੈਗਾ ਉਹ ਆਈਡੈਂਟੀਫਾਈ ਕਰਕੇ ਆਪਾਂ ਬਾਈ ਚਾਂਸ ਸ਼ੱਕੀ ਚੀਜ਼ ਮਿਲਦੀ ਹੈ ਅਤੇ ਕੀ ਕਾਰਵਾਈ ਕੀਤੀ ਜਾਏ ਸ਼ੱਕੀ ਚੀਜ਼ ਮਿਲਦੀ ਹੈ ਫਿਰ ਡੋਗ ਸਕੋਡ ਵਗੈਰਾ ਜਿਹੜੇ ਸਾਡੇ ਐਂਟੀ ਸਾਬੋ ਦਾ ਚੈਕਿੰਗ ਟੀਮ ਵਗੈਰਾ ਉਹਨਾਂ ਨੂੰ ਮੌਕੇ 'ਤੇ ਬੁਲਾ ਕੇ ਆਪਾਂ ਉਹਨੂੰ ਸਭ ਤੋਂ ਜ਼ਿਆਦਾ ਤੁਹਾਡਾ ਏਰੀਆ ਭੀੜ ਭਾੜ ਇਲਾਕਾ ਮੰਨਿਆ ਜਾਂਦਾ ਹੈ ਸਭ ਤੋਂ ਜ਼ਿਆਦਾ ਰਸ਼ ਵੀ ਰਾਣਕ ਬਾਜ਼ਾਰ ਹੈ ਜੋਤੀ ਚੌਂਕ ਹੈ ਹੋਰ ਵੀ ਚੌਂਕ ਆਉਂਦੇ ਨੇ ਨਕੋਦਰ ਰੋਡ ਹੈਗੀ ਹੈ ਜਿਸ ਦੇ ਵਿੱਚ ਭੀੜ ਭਾੜ ਇਲਾਕਾ ਹੈਗਾ ਕੀ ਲਗਾਤਾਰ ਚੈਕਿੰਗਾਂ ਕੀਤੀਆਂ ਜਾਏਗੀਆਂ ਜਾਂ ਸਿਰਫ ਅੱਜ ਦਾ ਦਿਨ ਨਹੀਂ ਰੂਟੀਨ 'ਚ ਚੈਕਿੰਗ ਕੱਲ੍ਹ ਵੀ ਦੇਖ ਲਓ ਤੁਸੀਂ ਚੈੱਕ ਕੀਤਾ ਆਪਾਂ ਡੇਲੀ ਚੈਕਿੰਗ ਹੋ ਰਹੀ ਹੈ ਸਾਡੇ ਤੋਂ ਜੀ ਤੁਸੀਂ ਦੇਖਿਆ ਸੀ ਗੱਲਬਾਤ ਕੀਤੀ ਗਈ ਹੈ ਡਿਵੀਜ਼ਨ ਨੰਬਰ 4 ਦੇ SHO ਜੋ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਜੋ ਕੁਛ ਹੀ ਮਿੰਟ ਪਹਿਲੇ ਲੁਧਿਆਣੇ ਦੇ ਵਿੱਚ ਕੋਰਟ ਕੰਪਲੈਕਸ ਦੇ ਵਿੱਚ ਬਲਾਸਟ ਹੁੰਦਾ ਬਲਾਸਟ ਤੋਂ ਬਾਅਦ ਜਲੰਧਰ ਪੁਲਿਸ ਦੀ ਅਪਡੇਟ ਹੈ ਤੁਸੀਂ ਦੇਖ ਰਹੇ ਜਲੰਧਰ ਪੁਲਿਸ ਵੱਲੋਂ ਵੀ ਚੈਕਿੰਗ ਕੀਤੀ ਜਾ ਰਹੀ ਹੈ ਅਲੱਗ ਅਲੱਗ ਜੋ ਪੁਲਿਸ ਕਮਿਸ਼ਨਰ ਨੌਨ ਨਿਆਲ ਵੱਲੋਂ ਡਿਊਟੀਆਂ ਦਿੱਤੀਆਂ ਗਈਆਂ ਜੋ ਪੰਜਾਬ ਦੇ ਵਿੱਚ ਹਾਈਲਾਈਟ ਜਾਰੀ ਕੀਤਾ ਹੋਇਆ ਉਸਦੇ ਮੱਦੇਨਜ਼ਰ ਰੱਖਦੇ ਹੋਏ ਪੁਲਿਸ ਵੱਲੋਂ ਲਗਾਤਾਰ ਚੈਕਿੰਗਾਂ ਕੀਤੀਆਂ ਜਾ ਰਹੀਆਂ ਭੀੜ ਭਾੜ ਇਲਾਕੇ ਦੀਆਂ ਜਿਸਦੇ ਵਿੱਚ ਬਾਈ ਚਾਂਸ ਕੋਈ ਸ਼ੱਕੀ ਚੀਜ਼ ਮਿਲਦੀ ਹੈ ਅਤੇ ਉੱਤੇ ਡੋਗ ਸਪੋਟ ਨੂੰ ਬੁਲਾ ਕੇ ਚੈਕਿੰਗ ਕੀਤੀ ਜਾਏਗੀ ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਜਲੰਧਰ ਦੇ ਜੋ ਭਗਵਾਨ ਵਾਲਮੀਕੀ ਚੌਂਕ ਜੋਤੀ ਚੌਂਕ ਦੇ ਵਿੱਚ ਡਿਵੀਜ਼ਨ ਨੰਬਰ 4 ਦੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਕੈਮਰਾਮੈਨ ਦੇਵ ਦੇ ਨਾਲ ਸੋਨੂੰ ਮਹਾਜਨ ਪੰਜਾਬ KCTV ਜਲੰਧਰ